ਆ ਗਿਆ ਮੇਰਾ ਬੈਗ ਚੈੱਕ ਕਰਨ ਲੱਗ ਗਿਆ ਇੱਕਦਮ ਜਦੋਂ ਆ ਕੇ ਮੇਰਾ ਉਹਨੇ ਬੈਗ ਜਿਹਾ ਫੜ ਕੇ ਫਰੋਲਿਆ ਨਾ ਮੈਂ ਡਰ ਗਈ ਮੈਂ ਪਤਾ ਨਹੀਂ ਕੀ ਯਾਰ ਸਿੱਧਾ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਅਤੇ ਹੋਰ ਕਰਾ ਸਕਦੇ ਹਾਂ ਵਧੀਆ ਹੋਵੇ ਅਤੇ ਸਵਾਗਤ ਤੁਹਾਡਾ ਇੱਕ ਹੋਰ ਘੈਂਟ ਜਿਹੇ ਵਲੌਗ ਦੇ ਵਿੱਚ ਅਤੇ ਕਾਫੀ ਜ਼ਿਆਦਾ ਮਿੰਨਤਾਂ ਕਰਨ ਤੋਂ ਬਾਅਦ ਕਰਦੇ ਮੰਨ ਗਏ ਛੁੱਟੀਆਂ 'ਚ ਕਿਤੇ ਭੇਜਣ ਨੂੰ ਅਤੇ ਬੜੀਆਂ ਮਿੰਨਤਾਂ ਥੱਲੇ ਕੀਤੇ ਪਹਿਲਾਂ ਤਾਂ ਮੰਮੀ ਪਾਪਾ ਕਹਿੰਦੇ ਵੀ ਘਰੇ ਰਹਿ ਯੇ ਕਰ ਵੋ ਕਰ ਅਤੇ ਬਾਅਦ 'ਚ ਮਿੰਨਤਾਂ ਤਰਲੇ ਕੱਢ ਕੇ ਮਨਾ ਹੀ ਲਿਆ ਕਰਦੇ ਉਹਨੂੰ ਅਤੇ ਮੇਰੀਆਂ ਬਾਈ ਤੋਂ ਅਤੇ ਪੰਜ ਛੁੱਟੀਆਂ ਖਰਾਬ ਕਰਤੀਆਂ ਅਤੇ ਅੱਜ ਹੈਗੀ ਆ 27 ਤਰੀਕ ਅਤੇ ਮੈਂ ਚੱਲਿਆ ਆਪਦੇ ਵੀਰੇ ਕੋਲ ਮੁਕਤਸਰ ਸਾਹਿਬ ਦੇ ਕੋਲ ਹੈਗਾ ਪਿੰਡ ਅਤੇ ਬਸ ਅੱਜ ਚੱਲਦੇ ਹਾਂ ਅਤੇ ਮੈਂ 27 ਨੂੰ ਚੱਲਿਆ 28 29 ਨੂੰ ਰਹਿ ਕੇ 30 ਨੂੰ ਵਾਪਸ ਆ ਜਾਊਂਗਾ ਅਤੇ ਵਲੋਗ ਥੋੜ੍ਹਾ ਲੇਟ ਹੀ ਅਪਲੋਡ ਹੋਊਗਾ ਅਤੇ ਵਲੋਗ ਬਣਾਊਂਗਾ ਮੈਂ ਸਾਰਾ ਦਿਖਾਊਂਗਾ ਤੁਹਾਨੂੰ ਕਿੱਥੇ ਕਿੱਥੇ ਘੁੰਮਦੇ ਹਾਂ ਅਤੇ ਮੈਂ ਕਹਿੰਦਾ ਜਿਹੜਾ ਪਹਿਲਾਂ ਵੀ ਕਾਫੀ ਵਲੋਗ ਅਪਲੋਡ ਕੀਤਾ ਟਰੈਵਲਿੰਗ ਵਾਲੇ ਵੀ ਜਦੋਂ ਮੈਂ ਕਿਤੇ ਜਾਣਾ ਗਾ ਤੁਹਾਨੂੰ ਸ਼ਾਇਦ ਤੱਕ ਪਸੰਦ ਆਉਂਦੇ ਹਨ ਪਰ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਸੀ ਲੱਗਦੇ ਅਤੇ ਕਿਉਂਕਿ ਯਾਰ ਪਬਲਿਕ ਦੇ ਸਾਹਮਣੇ ਇਹਨਾਂ ਬੋਲਿਆ ਨਹੀਂ ਸੀ ਜਾਂਦਾ ਅਤੇ ਤਾਂ ਕਰਕੇ ਮੈਂ ਫਿਰ ਨਾ ਬਾਅਦ ਦੇ ਵਿੱਚ ਵੋਇਸ ਕਵਰ ਕਰਦਾ ਹੁੰਦਾ ਸੀ ਡੱਬ ਕਰਦਾ ਹੁੰਦਾ ਸੀ ਅਤੇ ਅੱਜ ਮੈਂ ਕੋਸ਼ਿਸ਼ ਕਰੂੰਗਾ ਆਪਦੀ ਪੂਰੀ ਫੁੱਲ ਵੀ ਮੈਂ ਘੈਂਟ ਅਤੇ ਵਧੀਆ ਵਲੋਗ ਬਣਾਵਾਂ ਤੁਹਾਡੇ ਵਾਸਤੇ ਜਿਹਨਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਵੀਡੀਓ ਨੂੰ ਲਾਈਕ ਮੈਂਟ ਕਰਨਾ ਨਾ ਭੁੱਲਿਓ ਅਤੇ ਸ਼ੇਅਰ ਵੀ ਕਰਦੇ ਕਰੋ ਯਾਰ ਪਹਿਲਾਂ ਦੇਖ ਲਓ ਮੇਰੇ ਵਲੋਗਸ ਨੂੰ ਕਈਆਂ ਨੂੰ ਤਾਂ 400 ਨਹੀਂ 350-350 ਵਿਊ ਕੰਪਲੀਟ ਹੋ ਜਾਂਦਾ ਹੁੰਦਾ ਸੀ ਪਰ ਹੁਣ ਯਾਰ 200 ਵਿਊ ਮਸਾਂ ਕੰਪਲੀਟ ਹੁੰਦਾ ਹੁਣ ਮੈਂ ਵਲੋਗ ਪਾਇਆ ਹੋਇਆ ਹੁਣ 150 ਵਿਊ ਮਸਾਂ ਹੋਇਆ ਸੋ ਯਾਰ ਪਲੀਜ਼ ਵੇਖਿਆ ਕਰੋ ਸਾਰੇ ਜਾਣੇ ਅਤੇ ਜਿਹੜੇ ਵੇਖ ਲੈਂਦੇ ਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਅਤੇ ਅੱਗੇ ਸ਼ੇਅਰ ਵੀ ਕਰਦਾ ਕਰੋ ਸਪੋਰਟ ਕਰਨ ਲੱਗੇ ਭਰਾ ਨੂੰ ਆਪਾਂ ਚੱਲਦੇ ਤੁਹਾਨੂੰ ਸਾਰਾ ਕੁਛ ਦਿਖਾਵਾਂਗੇ ਅਤੇ ਤਿਆਰ ਮੈਂ ਹੋ ਚੁੱਕਿਆ ਬਸ ਮੈਂ ਜਦੋਂ ਜਾਂਦਾ ਨਾ ਬਾਹਰ ਅੰਦਰ ਮੈਂ ਪਰਨਾ ਹੀ ਜ਼ਿਆਦਾ ਪ੍ਰੈਫਰ ਕਰਦਾ ਕਿਉਂਕਿ ਮੇਰੇ ਸਿਰ 'ਚ ਨਾ ਯਾਰ ਮੁੜਕਾ ਬਹੁਤ ਜ਼ਿਆਦਾ ਅਤੇ ਹੁਣ ਥੋੜ੍ਹੀ ਗਰਮੀ ਆ ਗਈ ਨਾ ਤਾਂ ਕਰਕੇ ਮੇਰੇ ਸਿਰ 'ਚ ਥੋੜ੍ਹਾ ਜਿਹਾ ਜ਼ਖਮ ਜਿਹਾ ਵੀ ਬਣਿਆ ਪਿਆ ਪਤਾ ਨਹੀਂ ਕੀ ਚੱਕਰ ਹੈ ਤਾਂ ਕਰਕੇ ਮੈਂ ਪਰਨਾ ਬਣ ਕੇ ਰਹਿ ਰਹੀ ਹਾਂ ਬੈਗ ਵੀ ਮੈਂ ਪੈਕ ਕਰ ਲਿਆ ਅਤੇ ਹੁਣ ਬਸ ਬੋਤਲ ਬੋਤਲ ਭਰਦੇ ਬੂਟ ਬਾਟ ਪਾਉਂਦੇ ਹਾਂ ਚੱਪਲਾਂ 'ਚ ਫਿਰ ਦਾਂਗੇ ਬੂਟ ਬਾਟ ਪਾ ਕੇ ਅਤੇ ਫਿਰ ਬਸ ਆਪਾਂ ਚੱਲਦੇ ਹਾਂ ਵਲੋਗ ਬਣਾਉਂਗਾ ਲਾਈਕ ਕਮੈਂਟ ਕਰੋ ਸਾਰੇ ਜਾਣੇ ਅਤੇ ਲਾਸਟ ਤੱਕ ਦੇਖੋ ਜਾਂ ਸਕਿੱਪ ਨਾ ਕਰਿਓ ਜਿਨ੍ਹਾਂ ਨੇ ਪਿਛਲੇ ਵਲੋਗ ਨਹੀਂ ਦੇਖੇ ਜਾ ਕੇ ਵੇਖ ਲਓ ਅਸੀਂ ਖਾਣ ਵਾਸਤੇ ਵੀ ਕੁਛ ਨਾਲ ਲੈ ਕੇ ਜਾਈਦਾ ਹੁਣ ਤਾਂ ਕਰਕੇ ਮੈਂ ਥੋੜ੍ਹੀ ਬਹੁਤ ਇੱਕ ਦੋ ਲੇਜ਼ ਵਗੈਰਾ ਲੈ ਕੇ ਆਉਂਦਾ ਥੋੜ੍ਹੇ ਜਿਹੇ ਲੈ ਕੇ ਆਇਆ ਮੈਂ ਆਹੋ ਸਾਰੀਆਂ ਚੀਜ਼ਾਂ ਨਾਲ ਲੈ ਜਾਊਂਗਾ ਇਹ ਘਰੇ ਹੀ ਖਾ ਜਾਂਦੇ ਆ ਵੰਡ ਕੇ ਅਤੇ ਆਹ ਮੇਰੇ ਫੇਵਰੇਟ ਬਿਸਕੁਟ ਨੇ ਬਟਰ ਡਿਲਾਈਟ ਇਹ ਵੀ ਵਧੀਆ ਲੱਗਦਾ ਆਹ ਲੇਜ਼ ਦਾ ਫਲੇਵਰ ਮੇਰਾ ਵੀ ਫੇਵਰੇਟ ਹੈ ਆਹ ਨਾਲ ਲੈ ਚੱਲਿਆ ਇਹ ਖਾਊਂਗਾ ਮੈਂ ਘਰੇ ਰੈਡੀ ਬੈਗ ਵੀ ਮੇਰਾ ਓਕੇ ਮੈਂ ਪੈਕ ਕਰ ਲਿਆ ਬੂਟ ਵੀ ਪਾ ਲਏ ਰੜਕਾਂ ਵੀ ਲਾ ਲਈਆਂ ਲੈਟਸ ਗੋ ਮੈਂ ਜਾਣ ਲੱਗਿਆ ਮੈਂ ਹੀ ਪਾਣੀ ਪਾ ਜਾ ਪਾ ਚ ਕਿਸੇ ਨੇ ਪੁਣਾ ਨਹੀਂ ਵਿੱਚ ਕਿਉਂਕਿ ਨਵਾਂ ਫਲ ਲਿਆਉਂਦਾ ਸੀ ਨਾ ਇਹ ਮੰਮੀ ਹੋਰਾਂ ਨੂੰ ਘੱਟ ਚਲਾਉਣਾ ਆਉਂਦਾ ਤਾਂ ਮੈਂ ਪਾਣੀ ਛਿੜਕ ਕੇ ਚੱਲਿਆ ਆਪਦੇ ਬੂਟਿਆਂ 'ਤੇ ਸ਼੍ਰੀ ਮੁਕਤਸਰ ਸਾਹਿਬ ਵੀਰੇ ਨੂੰ ਮੈਂ ਫੋਨ ਕਰਤਾ ਆਉਂਦਾ ਹੀ ਹੋਣਾ ਬਸ ਉਦੋਂ ਦੀਆਂ ਹੁਣ ਮੈਨੂੰ ਸੀਟ ਮਿਲੀ ਹੈ ਸ਼ੀਸ਼ੇ ਵਾਲੀ ਬੈਠਾ ਸੀ ਅੰਦਰ ਜਾ ਵੜ ਕੇ ਮੈਂ ਵੀਰੇ ਨੂੰ ਫੋਨ ਕਰਤਾ ਆਪਾਂ ਹੁਣ ਪਹੁੰਚਣਾ ਸਰਾਜ ਨਗਰ ਇਹ ਦੋਵੇਂ ਨੇ ਗੋਲਡ ਮੈਡਲ ਮੈਡਲ ਤਾਂ ਨਹੀਂ ਗਏ ਆਹ ਦਰਬਾਰ ਸਾਹਿਬ ਬਣਿਆ ਹੋਇਆ ਰੀਅਲ ਗੋਲਡ ਦਾ ਅਤੇ ਇਹ ਗੁਰੂ ਨਾਨਕ ਦੇਵ ਜੀ ਇਹ ਵੀਰੇ ਨੇ ਜਿੱਤੇ ਹੋਏ ਨੇ ਦਸਤਾਰ ਹੁੰਦੇ ਹੋਲੇ ਕੋਈ ਨਾ ਤੂੰ ਮੇਰੀ ਮੂੰਹ ਫੋਟੋ ਲਾ ਦੀ ਹੈ ਤੂੰ ਮੇਰੀ ਫੋਟੋ ਲਾ ਦੀ ਮੂੰਹ ਕਾਦੀ ਉਹਦੀ ਜਦੋਂ ਮੈਂ ਜਿੱਤੇ ਹੋਏ ਆ ਹੈਗੀ ਉਹ ਫੋਟੋ ਮੇਰੀ ਉਹ ਫੋਟੋ ਲਾ ਦੀ ਮੇਰੀ ਨਗਨ ਇਹ ਕਿਹਾ ਕਵਰ ਵੇਖ ਸਾਂਬੇ 11 ਪ੍ਰੋ ਦੀ ਹੈ ਸਾਰੇ ਵੱਡੇ ਬੰਦੇ ਵੱਡੀਆਂ ਗੱਲਾਂ ਆ ਐਕਸੈਸ ਦਾ ਕਿ ਐਕਸ ਦਾ ਐਕਸੈਸ ਦਾ ਹਾਲੋ ਫਿਰ ਸਾਂਬੋ ਦੀ ਨੈਕਸਟ ਡੇ ਹਾਂਜੀ ਗਾਇਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੇਖ ਲਿਆ ਲੋਕ ਵੀ ਵੀਰੇ ਕੋਲ ਆਇਆ ਸੀਗਾ ਮੈਂ ਅਤੇ ਉਹਦੇ ਦਾ ਬਸ ਘੁੰਮੇ ਫਿਰੇ ਨੇ ਕਿਤੇ ਆ ਕੇ ਉਸ ਤੋਂ ਅਗਲਾ ਦਿਨ ਵੀ ਇਹੀ ਲੰਘ ਗਿਆ ਅੱਜ ਹੈਗਾ ਮੇਰਾ ਆਖਰੀ ਦਿਨ ਇੱਥੇ ਵੀ ਛੁੱਟੀਆਂ ਕੱਲ੍ਹ ਮੈਂ ਚਲਾ ਜਾਣਾ ਅਤੇ ਪਤਾ ਲੱਗ ਹੀ ਗਿਆ ਹੁਣ ਕੁਛ ਮੈਂ ਮੂੰਹ ਕਾਹਤੋਂ ਬੰਨਿਆ ਆਵਾਜ਼ ਸ਼ਾਇਦ ਤੱਕ ਕਲੀਅਰ ਨਾ ਆਉਂਦੀ ਹੋਵੇ ਅਤੇ
इस बारे मैं तुम दसूंगा अगले ब्लॉग के। कल जो मैं आया ना मैं गल तुम दसनी सी मुक्तसर साहब तो पिछे सीगा मैं तो उत्थे राह च नाका जहा लगे पुलिस वाले आए कि मैं झोली च रखता हूं बैग हमेशा जो भी मैं कि जावा आस पास नहीं रखता वो तो आ गए मेरा बैग चेक कर आ गए। मैं क्या अल्ला भरा वेख ला और भी नौजवान जहाँ एडा व्डा नहीं सी अल मेरे वेख लो वेखन लग गया सारे जुप्पाइया खोलन लग गया चल करके चल गया। एक मुंडे का तो पूरा बैग उन्होंने फड़ के कोई एक ने तो सारे कपड़े कढ़ते चंगी तरह चेक करी आन करी आन तो एकदम जो आके मेरा उन्हें बैग जहाँ फड़ के फरोलिया मैं डर गई मैं पता नहीं की है तो एक मुंडे का तो पूरा ही बैग फरोल लिया उन्होंने सारा मिले कुछ नहीं पांच मिनट वे बस भी लेट कराती सगम बस वाले कहते हम भी पिछली बस में भी चेक करके तो रहे क्योंकि उन्होंने साढ़े चक्कर अगले ब्लॉग च दसूंगा तो कल भी नहीं गए ना ही अच्छ तो अच्छ जावे श्री मुक्तसर साहब तो एक दो होर काम ने भी रहना तो श्री मुक्तसर साहब मत्था टेक के आवेंगे तो ऐसा ब्लॉग इन्हें लाइक कमेंट कर दो सबसक्राइब करना ना भूलो तो नैक्सट ब्लॉग लिए सबसक्राइब कर प्रोपरली ब्लॉग बनया नहीं तो मेरे तो नैक्सट ब्लॉग स्कूल चलो टाटा वगैरह रखा।